अस्सलाम वालेकुम जी दोस्तों, की हाल चाल है तुहाडे? ठीक ठाक हो, खैर खरीयत दे नाल हो। अज मैं ते राणा साहब निकल आए सी छत वाल, राणा साहब की छत ते बड़ा अच्छा मौसम सी। पहले तो असी आके इत्थे खाधी बिरयानी, खाना छाना खा के बोतल शोतल पी के, ते मैं राणा साहब ने कहा दोस्त सारे बड़े इंतजार च कि यार सानू टाइम दियो कोई गपशप दा, और राणा साहब अजकल लाइव क्यों नहीं आ रहे। ते दोस्तां दी बड़ी पुरजोर फरमाइश भी सी, ते मैं क्या जी तरह राणा साहब दे नाल दोस्तां दी मुलाकात भी कराई। घट ही मिलते कितने जाओ, शाह टुन्ना साहब कितने है जी? कि दोस्तों राणा साहब की छत है मैं, और जिमी जान सब तो ज्यादा जिमी जान दी ए सी जी राणा साहब नू के लाजमी रैन भाई राणा साहब नू लैके आओ लाइव गपशप करिए। जिमी जान मेरा भरा है, इत्थे ग्रीस हुंदा, गड्डी खड़ी नीचे मेरी। जी अदील भाई वालेकुम असलाम। अज राणा साहब की ड्रेसिंग भी माशाल्लाह कमाल। अस्सलाम वालेकुम जी, की हाल चाल है राणा साहब? ठीक हो खरीए? थे दो सारे पूछ रहे थे बड़ी देर हो गई तुसी राणा साहब नू लाइव नहीं लैके आए, ते किथे रहे की करते रहे? मैं कहा जी मैं दोस्तों की अज फरमायश भी पूरी करते हैं, नाले थोड़ा जा शौक भी करा रहे हैं, ते नाले जड़ी जा साड़ी हो गपशप भी हो जाए। ते सब तो पहले ते रात दा तुसी एक क्लिप जा असी लाया सी फेसबुक दे उपर, बड़ा लोगों ने पसंद किया, जिथे अड़ जाए सुई अड़ जाए। ते बड़ा अच्छा दोस्तों ने ठिकरदा ने तुहानू प्रोटोकॉल दिता, बड़ा यादगिरी किस्म का। ते कबूतरां नू देख रहे हो तुसी आके, जिहड़े तुसी जेठ वास्ते पुटणे ने, की उहनां जे मतलब ऐड कर रहे हो, की देख रहे हो उहनां दे अंदर? और बाकी जिहड़े दोस्त आ जिन्हां दे कबूतर हुण पुट्टण वाले आ जां जिन्हां ने पुट ले आ, उह की देखणा आपणे कबूतरां दे विच? सर जी अजकल तो थोड़ा जिहा जिहड़ी ठंडी हवा चलदी ना शाम वेले, कबूतरां नूं बस थोड़ी मेहनत दरकार आ, इह मसल क्रैम्प हो जांदे इहनां दे ठंडी हवा दे विच। जदों 4:30 तुसीं दाणा पाया, पाणी पाया, खुड्डे बंद, कबूतर अंदर, सुबह 8-9 बजे कड्ढो, ताज़ा पाणी रखो, पियाओ कबूतर अंदर। ਤੁਸੀਂ ਵੀ ਇਹ ਗੱਲ ਕੀਤੀ ਕਿ ਕਬੂਤਰ ਮਾਸ਼ਾਅੱਲਾ ਬੜੇ ਫਿੱਟ ਆ, ਜਿੱਥੇ ਮੈਂ ਲੈਣਾ ਚਾਹੁੰਦਾ ਜੀ, ਮੈਂ ਖੁਦ 2 ਮਹੀਨੇ ਬਾਅਦ ਹੀ ਆਇਆ, ਤੇ ਮੇਰਾ ਦਿਲ ਸੀ ਆਈ ਮੈਂ ਕਬੂਤਰਬਾਜ਼ੀ ਕਰਾਂ, ਜ਼ਹਿਨ ਆ ਗਿਆ ਤੇ ਮੈਂ ਇੱਧਰ ਨਿਕਲ ਆਇਆ। ਰਾਣਾ ਸਾਹਿਬ ਦਾਣੇ ਦੇ ਵੱਲੋਂ ਇਹ ਨਹੀਂ ਹੈ ਕਿ ਉਹ ਸਾਡਾ ਦਾਣਾ ਹੈ ਜਾਂ ਤੁਹਾਡਾ ਦਾਣਾ ਹੈ, ਜਾਂ ਨਹੀਂ, ਹਾਂਜੀ, ਆਊਟ ਆਫ ਦੀ ਵੇ ਹੋ ਕੇ ਤੁਸੀਂ ਇਹ ਦੱਸੋ ਕਿ ਕਬੂਤਰਾਂ ਨੂੰ ਤੁਸੀਂ ਪਾਇਆ ਜੈਨ ਸਪੈਸ਼ਲ ਵੀ ਉਦੋਂ, ਤੇ ਇਹਦੇ ਰਿਜ਼ਲਟ ਤੁਹਾਡੀ ਤਵੱਕੋ ਦੇ ਮੁਤਾਬਕ ਆਈ ਆ, ਉਸ ਤੋਂ ਵੀ ਅੱਛੇ ਆਏ? ਸਰ ਜੀ ਮੇਰੀ ਤਵੱਕੋ ਤੋਂ ਬਹੁਤ ਜ਼ਿਆਦਾ ਰਿਜ਼ਲਟ ਆਏ, ਤੇ ਹੁਣ ਕੋਈ ਬੰਦਾ ਕਬੂਤਰ ਫੜ ਕੇ ਦੇਖੇ ਨਾ ਜੀ, ਮਤਲਬ 4-5 ਦਿਨ ਹੋ ਗਏ ਆ, ਬਾਰਿਸ਼ ਹੀ ਪੈ ਰਹੀ ਆ, ਮਤਲਬ ਕਬੂਤਰ ਪੂਰੇ ਐਕਟਿਵ ਆ, ਆਪਣੀ ਪੂਰੀ ਪਾਵਰ ਗੱਲਬਾਤ ਦੇ ਵਿੱਚ ਆ, ਜਿੰਦਾਬਾਦ ਜਿੰਦਾਬਾਦ, ਸਮਝ ਗਏ ਮੇਰੀ ਗੱਲ ਦੇ ਵਿੱਚ? ਮਤਲਬ ਕੋਈ ਇੱਕ ਅੱਧਾ ਕਬੂਤਰ ਇੰਨੀ ਤਦਾਦ ਦੇ ਵਿੱਚ, ਵੈਸੇ ਢਿੱਲਾ ਮੱਠਾ ਹੋ ਜਾਂਦਾ ਉਹ ਇੱਕ ਅਲੱਗ ਦਾ ਇਸ਼ੂ ਆ, ਲੇਕਿਨ ਵੈਸੇ ਕਬੂਤਰ ਜਿਹੜੇ ਮੇਨ ਜੇਠ ਵਾਸਤੇ ਉਹ ਮਾਸ਼ਾਅੱਲਾ ਬੜੇ ਫਿੱਟ ਨੇ, ਮਤਲਬ ਪਟਾਈ ਵਾਸਤੇ ਤਿਆਰ ਨੇ ਜਿਹੜੇ ਕਬੂਤਰਾਂ ਨੇ। ਐਜ਼ ਵੈਲ ਜੇਠ 'ਚ ਤੁਹਾਡੀ ਮਰਜ਼ੀ ਦੀਆਂ ਰਿਕਾਰਡ ਪਰਵਾਜ਼ਾਂ ਦੇਣੀਆਂ ਨੇ, ਹਾਂਜੀ, ਉਹਨਾਂ ਨੂੰ ਤੇ ਜ਼ਰਾ ਪਹਿਲੇ ਕੁਛ ਔਫ ਕਰਾ ਦਿਓ, ਕੋਈ ਇੱਕ ਦੋ ਜਿਹੜੇ ਤੁਹਾਨੂੰ ਤੁੰਨੇ ਉਰੇ ਆਈ ਯਾਰ। ਇੱਕ ਵਾਰੀ ਯਾਦ ਹੈ ਛੱਤ ਨਵੀਂ ਬਣੀ, ਮੈਂ ਇੱਥੇ ਆਇਆ ਤੁਸੀਂ ਚੇਤਾ ਚੈਂਪੀਅਨ ਬਣੇ, ਹਾਂਜੀ, ਤੁਸੀਂ ਮੈਨੂੰ ਕਿਹਾ ਗੈਨ ਜਿਨ੍ਹਾਂ ਨੇ ਜੇਠ ਜਿੱਤਣਾ ਯਾਰ, ਉਹਨਾਂ ਦੀਆਂ ਤਸਵੀਰਾਂ ਦੇ ਖਿੱਚਾ। ਦੇਖੋ ਜੀ ਮੈਂ ਅੱਲਾ ਕੋ ਡਰ ਕੇ ਕਹਿੰਦਾ, ਅੱਲਾ ਕੋ ਡਰ ਕੇ ਕਹਿੰਦਾ, ਫੈਸਲਾਬਾਦ 'ਚ ਬਹੁਤ ਬਹੁਤ ਅੱਛੇ ਪਲੇਅਰ ਆ, ਬੜੇ ਬੜੇ ਨਾਮਵਰ ਪਲੇਅਰ ਆ, ਇੱਥੇ ਜਿੱਤਣਾ ਬੜਾ ਬਹੁਤ ਔਖਾ ਕੰਮ ਆ, ਮਤਲਬ ਬੜੇ ਲੈਜੈਂਡ ਪਲੇਅਰ ਮੋਤੀ ਵੱਲੋਂ, ਮਤਲਬ ਬਰੀਡਿੰਗ ਵੱਲੋਂ ਸਾਰੇ ਬੰਦੇ ਹੀ ਆਪਣੇ ਆਪਣੇ ਸਿਸਟਮ ਦੇ ਵਿੱਚ ਪੂਰੇ ਨੇ, ਲੇਕਿਨ ਗੱਲ ਇਹ ਆ ਕਿ ਮੈਂ ਫਿਰ ਵੀ ਅੱਲਾ ਕੋ ਡਰ ਕੇ ਕਹਿੰਦਾ, ਮੈਨੂੰ ਆਪਣੇ 'ਤੇ ਇੰਨਾ ਇਤਮਾਦ ਆ, ਮੈਨੂੰ ਦਾਣੇ ਪਾਣੀ 'ਤੇ ਆਪਣੇ ਹੱਥ 'ਤੇ ਆਪਣੇ ਕਬੂਤਰਾਂ 'ਤੇ, ਅਗਰ ਮੌਸਮ ਨਾ ਪਵੇ ਫਿਕਸ ਬਾਜੀ, ਅਲਹਮਦੁਲਿਲਾ ਅਲਹਮਦੁਲਿਲਾ ਅਲਹਮਦੁਲਿਲਾ,
ਅਸੀਂ ਹਰਾਂਗੇ ਨਹੀਂ ਕਿਸੇ ਇਨਸ਼ਾਅੱਲਾ ਤਾਲਾ। ਅਤੇ ਜੇ ਮਤਲਬ ਕਬੂਤਰ ਉੱਤੇ ਹੋਏ, ਬੱਦਲ ਪੈ ਗਿਆ, ਕਬੂਤਰ ਬਾਰਿਸ਼ ਆ ਗਈ, ਚਲੇ ਗਏ ਪੰਜ ਚਾਰ ਸੱਤ ਅਤੇ ਦੋ ਤਿੰਨ ਚਾਰ ਰਹਿ ਗਏ, ਫਿਰ ਉਹੀ ਮਤਲਬ ਕੰਮ ਰਹਿ ਜਾਂਦਾ। ਅਤੇ ਮੇਰੀ ਫਿਰ ਅਪੀਲ ਆ ਪੂਰੀ ਯੂਨੀਅਨ ਕੋ, ਆਪਣੀ ਕੋ, ਕਿਸੇ ਤਰੀਕੇ ਕਬੂਤਰ ਕੋ ਪੰਜ ਸੱਤ ਨਾਲ ਦਿਓ ਯਾਰ, ਮੌਸਮ ਬਦਲ ਗਏ ਆ। ਅਤੇ ਚਲੋ ਯਾਰ, ਪੂਰੇ ਸਾਲ ਦੀ ਮਿਹਨਤ ਹੁੰਦੀ ਆ, ਠੀਕ ਆ, 11 ਬਾਜ਼ੀਆਂ ਫਿਕਸ ਕਬੂਤਰਬਾਜ਼ੀ, ਬੜੀ ਅੱਛੀ ਕਬੂਤਰਬਾਜ਼ੀ ਆ, ਇਹਦੇ ਇਹਦੀ ਵਜ੍ਹਾ ਤੋਂ ਫੈਸਲਾਬਾਦ ਦਾ ਨਾਮ ਆ। ਲੇਕਿਨ ਉਹ ਮੌਸਮ ਹੋਰ ਸੀ, ਦੁਨੀਆ ਬਦਲ ਗਈ ਪੂਰੀ, ਦੁਨੀਆ ਦੇ ਮਤਲਬ ਸਾਰਾ ਕੁਛ ਹੀ ਬਦਲ ਗਿਆ, ਚੇਂਜਿੰਗ ਆ ਰਹੀ ਹਰ ਮੌਸਮ ਦੇ ਵਿੱਚ। ਅਤੇ ਥੋੜ੍ਹੀ ਚੇਂਜਿੰਗ ਤੁਸੀਂ ਵੀ ਕਰ ਲਓ, ਤੁਹਾਡੀ ਮਿਹਰਬਾਨੀ ਹੈ। ਸਭ ਲਈ ਮੈਦਾਨ ਇੱਕ ਜੈਸਾ, ਮੈਂ ਟੋਟਲ ਕਬੂਤਰ ਖੋਲਣ ਦੀ ਗੱਲ ਨਹੀਂ ਕਰ ਰਿਹਾ, ਮੈਂ ਸਿੰਪਲ ਇੰਨੀ ਗੱਲ ਕਰ ਰਿਹਾ ਕਿ ਯਾਰ ਤੁਸੀਂ ਮਤਲਬ ਨਾ ਕੋਈ ਦੋ ਚਾਰ ਪੰਜ ਕਬੂਤਰ, ਚਲੋ ਹੌਸਲਾ ਹੁੰਦਾ ਕਿ ਯਾਰ ਸਾਡੇ ਕਬੂਤਰ ਚਲੇ ਗਏ, ਚਲੋ ਅਸੀਂ ਕੋਈ ਨਵੇਂ ਵੀ ਪਾ ਲਾਂਗੇ, ਅਤੇ ਕੰਪੀਟੀਸ਼ਨ ਹੋਵੇ। ਅਕਸਰ ਬਹੁਤ ਬਹੁਤ ਸ਼ੁਕਰੀਆ ਰਿਆਜ਼ ਬਾਈ ਔਰ ਜਿਮੀ ਜਾਨ, ਹੁਣ ਸਾਡੇ ਵੱਲ ਦੇਖ ਰਿਹਾ ਜੀ ਸਰ ਜੀ। ਲੋ ਜੀ, ਇਹ ਕਬੂਤਰੀ ਬਾਜੀ ਦੇ ਵਿੱਚ ਸੀ ਮੇਰੀ ਖੂਬਸੂਰਤ ਕਬੂਤਰੀ, ਮੇਰੀ ਮੋਸਟ ਫੇਵਰਟ ਕਬੂਤਰੀ, ਦੋ ਬਾਰਿਸ਼ ਦੇ ਵਿੱਚ ਚਲੀਆਂ ਗਈਆਂ ਸੀ। ਇਹ ਕਬੂਤਰੀ ਸੀ, ਇਹ ਬਾਜੀ ਦੇ ਵਿੱਚ ਸੀ ਔਰ ਇਹ ਮੇਰੇ ਮਾਵਤ ਸਾਹਿਬ ਨੇ, ਮੈਂ ਕਿਹਾ ਟੁੰਨਾ ਜੀ ਇਹ 4 ਵਜੇ 15-16 ਮਿੰਟਾਂ ਤੋਂ ਹਾਰ ਕੇ ਬਹੀ ਜਾ ਰਹੀ ਹੈ, ਕਹਿੰਦਾ ਇਹ ਕਦੀ ਰਾਤ ਨਹੀਂ ਰਹੀ ਜਿਹੜੀ ਮੇਰੀ ਇਹਦੀ ਗੱਲ ਹੋਈ। ਅੱਛਾ, ਮੈਂ ਕਿਹਾ ਮੈਂ ਸਵੇਰੇ ਖੁਰਾਕ 8 ਦੀ ਜਗ੍ਹਾ 10 ਦੀ ਜਗ੍ਹਾ 11 ਕਰਦੀਆਂ ਗੋਲੀਆਂ, ਠੀਕ ਹੈ, ਇਹ ਮੇਰੀ ਬਾਜੀ ਦੇ ਵਿੱਚ 11:15 ਬੈਠੀ ਸੀ ਉਸ ਦਿਨ, ਬਾਜੀ ਦੇ ਵਿੱਚ 11:15 ਰਾਤ ਨੂੰ, ਓਵਰ ਟਾਈਮ। ਮੈਂ ਗੱਲ ਕਰਦਾ ਨਹੀਂ ਹੁੰਦਾ, ਮੈਂ ਤੇ ਲੋਕਾਂ ਦਾ ਮਜ਼ਾਕ ਉਡਾਉਣਾ ਇਸ ਗੱਲ ਤੇ, ਲੇਕਿਨ ਬੈਠੇ ਗੱਲ ਕੀਤੀ ਤੇ ਮੈਂ ਇਹ ਗੱਲ ਜਿਹਦੀ ਵਜ੍ਹਾ ਤੋਂ ਮੈਂ ਲਮਕਿਆ ਬਾਜੀ 'ਚ, ਇਹ ਉਸਤਾਦ ਨੂੰ ਉਹਨਾਂ ਨੇ ਮੈਨੂੰ ਜੀ ਬਾਹਰ ਦੇ ਤਿੰਨ ਦੇਖ ਲਓ, ਬਾਕੀ ਅੰਦਰ ਦੇ ਪਰਾਂ ਦੀ ਤਰਤੀਬ ਦੇਖ ਲਓ। ਟੁੰਨੇ ਤੂੰ ਮੋਬਾਈਲ ਫੜ ਇੱਧਰ ਆ ਗਿਆ। ਲਓ ਜੀ, ਅੱਜ ਕੈਮਰਾਮੈਨ ਉਸਤਾਦ ਸ਼ਾਹ ਟੁੰਨਾ, ਸਾਡਾ ਅੱਗੇ ਅੱਲਾ ਹੀ ਹਾਫਰ, ਇੱਧਰ ਆ ਟੁੰਨੇ, ਜਿੱਥੇ ਮੈਂ ਤੁਹਾਨੂੰ ਕਹਿਣਾ ਨਾ ਬਸ ਤੂੰ ਉੱਥੇ ਰੱਖਣਾ ਜੀ, ਇੱਧਰ ਇੱਧਰ ਇੱਥੇ ਰੱਖਣਾ। ਲਓ ਜੀ ਦੋਸਤੋ, ਹੈਰਾਨ ਸਾਹਿਬ ਨੇ ਕਬੂਤਰੀ ਦਾ ਸ਼ੌਕ ਕਰਾਇਆ ਸੀ ਮੈਨੂੰ ਪਹਿਲੇ, ਇਹਦੇ ਉੱਤੇ ਕਲਿੱਕ ਕਰ, ਕਬੂਤਰ ਇਹ ਇੱਥੇ ਬਸ ਹਲਕਾ ਕਲਿੱਕ ਕਰ, ਓਕੇ ਓਕੇ। ਕਲਿੱਕ ਕਰੋ ਐਸਾ ਸਰ, ਕਿਆ ਬਾਤ ਰਾਣਾ ਸਾਹਿਬ, ਇਹਦੇ 'ਚ ਕਿਹੜੇ ਕਿੰਨੀਆਂ ਪਰਵਾਜ਼ਾਂ ਇਹਦੀਆਂ ਸ਼ਾਮ ਦੀਆਂ ਨੇ, ਵੈਸੇ ਸਾਦਾ ਫੜਕਾਂ ਅਤੇ ਜੇਠ ਦੇ ਵਿੱਚ ਇਹਦਾ ਕੀ ਰਿਜ਼ਲਟ ਹੈ? ਜੈਨ ਭਾਈ, ਇਹ ਉਹ ਕਬੂਤਰ ਤੁਹਾਨੂੰ ਮੈਂ ਦਿਖਾ ਰਿਹਾ ਕਿ ਜਿਹੜੇ ਜੇਠ ਦੇ ਵਿੱਚ ਜਦੋਂ ਬਹੁਤ ਹਾਰਡ ਵੇਵ ਚੱਲੀ ਨਾ ਫੈਸਲਾਬਾਦ ਦੇ ਵਿੱਚ, ਅਤੇ ਬੜੇ ਬੜੇ ਨਾਮਵਰ ਕਬੂਤਰਾਂ ਨੇ ਪਾਣੀ ਰੋਕਿਆ ਜੀ, ਇਹ ਉਹ ਦੋ ਕਬੂਤਰੀਆਂ ਨੇ ਜਿਹੜਾ ਮੈਂ ਤੁਹਾਨੂੰ ਸ਼ੌਕ ਕਰਵਾ ਰਿਹਾ ਕਿ ਇੰਜ ਸੋਟੀ ਲਾਈ ਆ ਅਤੇ ਡੱਕੀਆਂ ਨਹੀਂ ਗਈਆਂ ਉੱਪਰ ਥੱਲੇ, ਉੱਪਰ ਥੱਲੇ ਇਤਨੇ ਫਿੱਟ, ਇੰਜ ਪਾਣੀ ਦਿੱਤਾ, ਪਾਣੀ ਤੋਰਿਆ, ਵਿੱਠ ਮਾਰੀ, ਉਹ ਖੁਰਾਕ ਮੰਗਣ ਲੱਗ ਪਏ, ਇਹ ਉਹ ਕਬੂਤਰ ਨੇ ਜੀ। ਦੋਸਤੋ, ਫਿਟਨੈਸ ਦਾ ਤੁਹਾਨੂੰ ਮੈਂ ਹੁਣ ਇੱਕ ਤੁਹਾਡੇ ਨਾਲ ਨਕਸ਼ਾ ਸ਼ੇਅਰ ਕਰਦਾ, ਤੁਸੀਂ ਦੇਖੋ ਇਹ ਮੇਰਾ ਹੱਥ ਹੈ, ਇਹ ਪੂਰਾ ਇਹਨੂੰ ਇੱਧਰੋਂ ਪਾ ਲਿਆ, ਇੱਧਰੋਂ ਕੋਈ ਚੀਜ਼ ਨਜ਼ਰ ਨਹੀਂ ਆ ਰਹੀ, ਆਹ ਦੇਖੋ ਪੂਰਾ ਹੱਥ ਬੰਦ ਆ, ਯਾਨੀ ਕਿ ਇਹਦੀ ਮੋਟਾਈ ਗੁਲਾਈ ਚਰਬੀ ਪੂਰੀ ਕਬੂਤਰਾਂ ਦੇ ਉੱਤੇ ਚੜ੍ਹ ਗਈ ਹੈ, ਇਹੀ ਚਰਬੀ ਨੇ ਇਹਨਾਂ ਨੂੰ ਪਾਵਰ ਦੇਣੀ, ਇਹਦੇ ਨਾਲ ਹੀ ਇਹਨਾਂ ਨੇ ਆਪਣਾ ਪਰਾਂ ਨੂੰ ਦੁਬਾਰਾ ਲੈਸ ਕਰਨਾ ਔਰ ਆਪਣੀ ਅਸਲ ਸ਼ੇਪ ਦੇ ਵਿੱਚ ਵੀ ਇਹਨਾਂ ਨੇ ਆਉਣਾ ਇਹਦੇ ਨਾਲ ਜੀ। ਉਸਤਾਦ ਜੀ ਤੁਸੀਂ ਦਿਖਾਓ ਲੋ ਜੀ, ਇਹ ਹੌਟ ਫੇਵਰੇਟ ਕਬੂਤਰੀ ਆ, ਇਹਦੇ ਪਰਾਂ ਦਾ ਬੰਦੇ ਨੂੰ ਸਕਰੀਨਸ਼ੋਟ ਲੈਣਾ ਚਾਹੀਦਾ, ਇਹਦੇ ਪਰਾਂ ਦੀ ਲੈਂਥ ਨੂੰ ਫੋਲੋ ਕਰਨ, ਡਬਲ ਕਲਿੱਕ ਫੇਰ ਕਰ ਦਿਓ, ਡਬਲ ਕਲਿੱਕ ਦੋ ਵਾਰੀ,
इहदी लेंथ तुसी देख सकते हैं, परां दी तरतीब देख सकते हैं। इहदा बड़ा ही आइडियल, बड़ा ही जबरदस्त किस्म दा इहदा साइज है। उत्ते आ जाओ वापस, इत्थे बस देख रहे हो जी प्यारे हो, बड़ा ही फनकारी दे नाल जड़ा ना, ये क्लिक करो अख का साइज देख लो कि वड्डा, पलकों की बरीक बरीकपन देख लो कि अगे देखो कि रेसर कबूतरा तरह, अगे देखो कि पिछे देखो कि माशाला। छो जी आया, ए बच्चे छड़े हुए ने, बच्चे छड़े ने, कुछ बच्चे उड़ते भी पे ने, फिरते भी पे ने। ਤੁਨਿਆ ਤੇ ਮੇਰੇ ਵਾਲਾ ਹੀ ਫਿਰਨ ਡਿਆ ਜਿਹੜਾ ਸਭ ਤੋਂ ਚੰਗਾ ਫਿਰ ਰਿਹਾ। ਤੁਨੇ ਨੂੰ ਐਤਕੀ ਦਿੱਤੇ ਨੇ ਜੀ ਬੱਚੇ, ਇਨਸ਼ਾਅੱਲਾ ਮੇਰੇ ਬੱਚੇ ਬਾਜ਼ੀ 'ਚ ਆਉਣਗੇ, ਤੁਹਾਨੂੰ ਦੋਸਤਾਂ ਨੂੰ ਦਿਖਾਵਾਂਗੇ। ਹੁਣ ਤਾਂ ਉੱਤੇ ਆ, ਨਹੀਂ ਤਾਂ ਮੈਂ ਤੁਹਾਨੂੰ ਹੁਣੀ ਨਿਸ਼ਾਨੀ ਲਵਾ ਦੇਣੀ ਸੀ ਲਾਈ ਵੀ, ਕਿ ਅੱਲਾ ਦੀ ਰਹਿਮਤ ਦੇ ਨਾਲ ਪਰਫਾਰਮੈਂਸ ਆਉਣਾ ਉਹਨਾਂ ਦੀ, ਤੁਹਾਨੂੰ ਸਾਰੇ ਦੋਸਤਾਂ ਨੂੰ ਦਿਖਾਉਣਾ। ਲਓ ਜੀ ਇਹ ਨੇ ਸਾਡਾ ਬ੍ਰੈਂਡ ਔਰ ਇਹ ਸਾਡਾ ਮਾਰਕਾ ਜੀ, ਸਾਜ ਸ਼ੌਕ ਕਰਾਓ ਇਹਦਾ। ਜੀ ਦੋਸਤੋ ਬੜੀ ਫਰਮਾਇਸ਼ ਸੀ ਦੋਸਤਾਂ ਦੀ, ਸਾਜੀ ਦੀ ਨਿਸ਼ਾਨੀ ਲੱਗੀ ਅੱਖ ਦੇ ਵਿੱਚ। ਸਾਜੀ ਨਿਸ਼ਾਨੀ ਦਾ ਵੀ ਥੋੜ੍ਹਾ ਜਿਹਾ ਲੋਕਾਂ ਨੂੰ ਦੱਸ ਦਿਓ, ਚਲੋ ਅੱਜ ਦੀ ਇਸ ਲਾਈਵ ਦੀ ਵਿਸਾਦਤ ਨਾਲ ਦੋਸਤਾਂ ਦਾ ਭਲਾ ਵੀ ਹੋ ਜੇ। ਲੋਈ ਜਿਹੜੀ ਅੱਖ ਦੇ ਵਿੱਚ ਤਿਲ ਆ ਜਾਏ ਨਾ ਜੀ, ਉਹ ਕਬੂਤਰ ਮਤਲਬ ਗੱਲ ਤੇ ਕੋਈ ਹੋਰ ਹੀ ਬਣ ਜਾਣੀ ਹੈ, ਇਹ ਸੋਸ਼ਲ ਮੀਡੀਆ ਵਾ ਮਤਲਬ। ਲੇਕਿਨ ਐਸੀ ਮੋਹਰ ਆ ਕਿ ਮੇਰੇ ਖਿਆਲ ਦੇ ਮੁਤਾਬਕ ਜੋ ਮੈਂ ਦੇਖਦਾ ਆਇਆ ਜ਼ਿੰਦਗੀ 'ਚ, ਮਤਲਬ ਮਾਲਕ ਦੇ ਬਹੁਤ ਜ਼ਿਆਦਾ ਵਫ਼ਾਦਾਰ ਹੁੰਦੇ, ਮੀਂਹ ਹਨੇਰੀ 'ਚ ਵੀ ਘਰ ਹੀ ਆਉਂਦੇ ਆ ਇਹ ਕਬੂਤਰ। ਇਹਨਾਂ ਦੇ ਜਾਨ ਦੀ ਸ਼ਰ੍ਹਾ ਬਹੁਤ ਘੱਟ ਹੁੰਦੀ, ਤੁਹਾਡੇ ਕੋਲ ਹੀ ਮਰਨਗੇ ਯਾਨੀ ਕਿ ਜਿਹੜੀ ਅਸੀਂ ਗੱਲ ਸੁਣੀ, ਜਿਹੜੀ ਅੱਖ 'ਚ ਤਿਲ ਆ ਜੇ। ਹਾਂਜੀ, ਯਾਨੀ ਕਿ ਉਹਦੀ ਜ਼ਾਇਆ ਹੁੰਦੀ ਰੇਸ਼ੋ ਬਹੁਤ ਘੱਟ, ਬਹੁਤ ਘੱਟ ਹੁੰਦੀ ਜੀ। ਠੀਕ ਹੋ ਗਿਆ, ਇਹ ਕਬੂਤਰੀ ਮੈਂ ਡਰਦੇ ਡਰਦੇ ਰਹਿਣ ਭਾਈ ਆਖਰੀ ਕੱਪ ਕੇ ਪਾਈ ਸੀ ਖੇਤ ਤਾੜੀ ਦੇ, ਪੂਰੇ ਸ਼ਹਿਰ ਨੂੰ ਵਿਨ ਕਰਕੇ ਬੈਠੀ, ਇਹਦੀ ਵੀਡੀਓ ਵੀ ਚੜੀ ਹੈ ਤੇ ਹੈ ਤਾਂ ਮੇਰੀ ਡੇਟ ਵਾਲੀ ਹੈ। ਤੇ ਜਿਸ ਦਿਨ ਇਹਦਾ ਕੁੰਡਾ ਲੱਗਾ ਨਾ ਸਾਡੇ ਕੋਲ ਯਾਰ, ਕੁੰਡੇ ਲੱਗੇ ਜੇ 5 ਵਜੇ ਬਹਿੰਦੀ ਹੈ। ਵਾਹ ਵਾਹ ਵਾਹ, ਇੱਕ ਸਾਈਡ ਤੋਂ ਨਾ, ਤੇ ਇਹ ਕਬੂਤਰੀ ਲਾਲ ਬੁੱਲੀਆਂ ਵਾਲੀ ਹੈ ਜੀ, ਇਹਦਾ ਕੁੰਡਾ ਬਾਹਰੋਂ ਝਾੜੇ ਨੇ। ਮਾਸ਼ਾਅੱਲਾ, ਓਕੇ ਹੋ ਗਿਆ, ਆਪਣਾ ਫੋਨ ਤਾਂ ਕੱਢ ਕੇ ਦੇ ਦਿੰਦਾ ਇੱਥੇ, ਰੱਖੀ ਰਿਜ਼ਲਟ ਨਾਲ ਨਾਲ ਕਲੀਅਰ ਹੁੰਦਾ ਰਹੇਗਾ, ਪਤਾ ਲੱਗਦਾ ਰਹੇਗਾ। ਦੋਸਤੋ ਕੱਲ੍ਹ ਇਨਸ਼ਾਅੱਲਾ ਤੁਹਾਡੇ ਨਾਲ ਸਿਆਲਕੋਟ ਵੀ ਅਸੀਂ ਮੁਲਾਕਾਤ ਕਰਨੀ ਹੈ, ਇੱਕ ਦੋ ਕਬੂਤਰ ਤੁਹਾਨੂੰ ਹੋਰ ਦਿਖਾਉਂਦਾ ਮੈਂ ਖੁੱਡਿਆਂ ਦੀ। ਮਾਸ਼ਾਅੱਲਾ ਤੁਸੀਂ ਦੇਖ ਲਓ ਸਫਾਈ ਕਿੰਨੀ ਅੱਛੀ ਸ਼ਾਹਦ ਭਾਈ ਨੇ ਕੀਤੀ ਹੈ, ਔਰ ਕਬੂਤਰਾਂ ਦਾ ਕੇਅਰਿੰਗ ਬੜੀ ਜ਼ਬਰਦਸਤ ਤਰੀਕੇ ਦੇ ਨਾਲ ਆ। ਨੋ ਡਾਊਟ ਕਿ ਇੰਸਟਰਕਸ਼ਨ ਸਾਰੀ ਜਿਹੜੀ ਆ ਕਾਸ਼ਿਫ ਭਾਈ ਦੀ, ਮੁੰਨਾ ਭਾਈ ਦੀ ਹੁੰਦੀ ਹੈ, ਲੇਕਿਨ ਅੱਗੇ ਕੰਮ ਕਰਨਾ ਔਰ ਕੰਮ ਨੂੰ ਇਹੋ ਜਿਹਾ ਕਰਨਾ ਕਿ ਦੁਬਾਰਾ ਕਰਨਾ ਨਾ ਪਵੇ, ਇਹ ਬੜੀ ਖਾਸ ਗੱਲ ਹੈ। ਇਨਸ਼ਾਅੱਲਾ ਤੁਹਾਨੂੰ ਸ਼ੌਕ ਕਰਾਉਣੇ ਮਜ਼ਾ ਆਏਗਾ। ਪਤਾ ਲੱਗਦਾ ਰਹਿੰਦਾ ਨਾ ਰਿਜ਼ਲਟ, ਤੁਹਾਨੂੰ ਹੋਰ ਲਿਆ, ਤੁਹਾਨੂੰ ਕੋਈ ਲੱਖ ਲਿਆ ਯਾਰ, ਕੋਈ ਲੱਖ ਹੀ ਲਿਆ। ਅਠਾਸੀ ਲੱਖ ਆ, ਦੋ ਨੰਬਰ ਲੱਖ ਆ। 34 ਦੀ ਕੋਈ ਭੈਣ ਲਿਆਇਆ, ਜੀ ਬੱਚੇ ਵੜ ਗਿਆ ਸਮਾਨ ਦੇ ਵਿੱਚ, ਦੇਖੋ ਦੇਖੋ ਬੱਚਾ ਫਿਰ ਕਿਆ ਬਾਤ, ਬੱਚਾ ਇਹ ਬੱਚਾ ਆ ਜੇ, ਇਹ ਹੀ ਰਹਿਣ ਤੇਰੇ ਆ ਲੱਗਦਾ, ਪਰ ਇਹਦੇ ਉੱਤੇ ਹੀ ਮੇਰੇ ਆ ਰਹਿ ਕੋਈ ਗੱਲ ਨੀ ਸਾਜੀ, ਉਹਨੇ ਬਹਿ ਜਾਣਾ, ਇਹਨੇ ਫਿਰਦਾ ਰਹਿਣਾ। ਨਾਲ ਹੀ ਚੱਲ ਗਈ ਫੋਰਨ। ਜੀ ਉਸਤਾਦ ਜੀ,
ਇਹ ਟੋਟਲ ਕਬੂਤਰ ਨੇਰੇ ਦੇ ਲੱਗੇ ਪਾਕਟ ਆ ਗਈ ਇਹ ਤੇ ਸਿਗਨਲ ਇਸ਼ੂ ਆ ਥੋੜਾ ਜਿਹਾ ਚਲੋ ਦਿਖਾਓ ਫਿਰ ਚੌਕ ਕਰੋ ਇਹ ਲੱਖਾ ਕਬੂਤਰ ਜੀ ਇਹ ਉਹ ਕਬੂਤਰ ਮੈਂ ਦਿਖਾ ਰਿਹਾ ਜਿਹੜੇ ਸੁਣਿਆ ਡਿਵਾਈਸ ਤੇ ਦੇ ਯਾਰ ਕੁਰਸੀ ਰੱਖ ਕੇ ਲਾ ਕੇ ਬੁੱਟਰ ਆ ਗਿਆ ਜੀ ਦਸਵੀਂ ਆ ਰਹੀ ਹੈ ਸਿਗਨਲ ਦਾ ਇੱਥੇ ਬੜਾ ਇਸ਼ੂ ਹੈ ਜੀ ਡੇਰੇ ਦੇ ਪੰਦਰਾਂ ਬਾਰਿਸ਼ ਭਿੱਜਿਆ ਬੈਠਾ 5:44 ਦੇ ਆਈਡੀਅਲ ਪਰਾਂ ਦਾ ਮਾਲਕ ਹੈ ਫੋਨ ਵੀ ਚੰਗਾ ਉਹ ਤੁਹਾਡੇ ਵਾਲਾ ਵੀ ਆ ਕਿੰਨੇ ਕਿਹੜਾ ਬਾ ਕਬੂਤਰ ਇੱਕ ਰਹਿਣਾ ਲੈਣ ਜੀ ਮਾਈ ਫੇਵਰ ਕਿਹੜਾ ਦਿਖਾਣਾ ਜੀ ਦੱਸੋ ਅੱਛਾ ਜੀ ਪਾਗਲ ਵਾਹ ਕਿਆ ਬਾਤ ਹੈ ਪਾਗਲ ਇਸ ਤੋਂ ਉੱਤੇ ਨਹੀਂ ਹੈ ਹਾਂਜੀ ਇਹ ਤੋਂ ਉੱਤੇ ਕਬੂਤਰ ਨਹੀਂ ਹੈਗਾ ਹਾਂਜੀ ਇਹ ਪਾਗਲਾਂ ਨੇ ਪਾਗਲ ਨਾਂ ਰੱਖਿਆ ਇਹਦਾ ਇਹ ਕਿੰਨਾ ਕੁ ਪਾਗਲ ਹੋਏਗਾ ਅੰਦਾਜ਼ਾ ਲਾਓ ਸਮਝਿਆ ਮੇਰੀ ਗੱਲ ਕੁੰਡਾ ਖੋਲੋ ਵਾਹ 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 ਮਾਸ਼ਾਅੱਲਾ ਨਜ਼ਰ ਹੀ ਆ ਰਿਹਾ ਯਕੀਨ ਕਰੋ ਬੈਡ ਲੱਕ ਦੀ ਗੱਲ ਆ ਇਹਦੇ ਲਗੜ ਨੇ ਦੋ ਟੋਟੇ ਕਰਤੇ ਆਖਰੀ ਫੜਕ ਅੱਛਾ ਜੀ ਐਸ ਡੇਟ ਇਹ ਲਾਖੇ ਤੇ ਮੇਰੇ 17 ਨੰਬਰ ਆ 34 ਨੰਬਰ ਦੀ ਭੈਣ ਤੇ 17 ਨੰਬਰ ਨਾਰ ਇਹ ਦੇਖੋ ਡੋਮ ਆ ਗਈ ਹੋਈ ਡੋਮ ਹੋਈ ਹੈ ਹੈਂ ਇਨਸ਼ਾਅੱਲਾ ਤਾਲਾ ਇਨਸ਼ਾਅੱਲਾ ਤਾਲਾ ਮੇਰਾ ਕਿੰਗ ਕਬੂਤਰ ਆ ਛੱਡ ਦਾ ਪਾਗਲ ਜਿਹਦਾ ਨਾਮ ਪਾਗਲਾਂ ਨੇ ਪਾਗਲ ਰੱਖਿਆ ਠੀਕ ਹੋ ਗਿਆ ਇਹ ਦੇਖੋ ਇਹਦਾ ਸ਼ੌਕ ਕਰਾਓ ਦੋਸਤਾਂ ਨੂੰ ਜੇਠ ਦਾ ਬਾਦਸ਼ਾਹ ਕਬੂਤਰ ਹੈ ਮਾਸ਼ਾਅੱਲਾ ਜੀ ਦੇਖੋ ਐਸੀ ਗੱਲ ਹੈ ਇਸ ਕਬੂਤਰ ਦੇ ਵਿੱਚ ਮਤਲਬ ਸਾਹਮਣੇ ਵੀ ਰਹਿ ਗਿਆ ਤੇ ਇਹਨੇ 5 ਹੀ ਵਜਾਏ ਆ ਮਤਲਬ 9-10 ਵਜੇ ਰਗੜੇ ਰੁਗੜੇ ਖਾਂਦਾ ਡੁੱਬ ਗਿਆ ਤੇ 5 ਵਜੇ ਹੀ ਨਿਕਲੇ ਇਨਸ਼ਾਅੱਲਾ ਇਸ ਵਾਰੀ ਇਹ 3 ਸਾਲ ਦਾ ਹੋ ਗਿਆ ਮੋਸਟ ਫੇਵਰੇਟ ਕਬੂਤਰ ਇਸ ਟਾਈਮ ਹੈ ਪਾਗਲ ਹੈ ਜੀ ਔਰ ਮੇਰਾ ਖਿਆਲ ਹੈ ਚੈਂਪੀਅਨਸ਼ਿਪ ਜਿੱਤ ਲਏਗਾ ਇਸ ਦਫ਼ਾ ਜੀ ਜ਼ਰੂਰ ਇਨਸ਼ਾਅੱਲਾ
ਤੁਹਾਨੂੰ ਕੀ ਲੱਗ ਰਿਹਾ ਕੁੰਡੇ ਤੋਂ? ਇਨਸ਼ਾਅੱਲਾ ਮੈਂ ਤੇ ਫਿਰ ਮੈਂ ਕਿਹਾ ਨਹੀਂ ਵੇਖ ਰਿਹਾ ਸਾਰੀ ਇਹਦੀ ਅੱਖ ਆ ਜੀ ਇਹ ਲਾਠੇ ਦੇ ਕਮੱਗਰ ਹੀ ਸਮਝ ਲਓ 17 ਨੰਬਰ ਕਬੂਤਰ ਆ ਮੇਰੇ ਮਾਸ਼ਾਅੱਲਾ ਇੰਨੀ ਪਲੇਨ ਅੱਖ ਹੀ ਇੱਥੇ ਚੱਲਦੀ ਆ ਫੈਸਲਾਬਾਦ ਦੇ ਵਿੱਚ ਰਦੇਦਾਰ ਰਦੇਦਾਰ ਅੱਖ ਇਹ ਹਲਕੀ ਜਿਹੀ ਮੈਲੀ ਅੱਖ ਥੋੜ੍ਹੀ ਪ੍ਰੋਬਲਮ ਜ਼ਰੂਰ ਕਰਦੀ ਆ ਇੱਥੇ ਲੇਕਿਨ ਇਹ ਜਿਹੜੀ ਅੱਖ ਨੇ ਇਹਦਾ ਜਵਾਬ ਨਹੀਂ ਰਿਜ਼ਲਟ ਦੇ ਰਹੀ ਔਰ ਇਹ ਢਾਵੀ ਦੇ ਵਿੱਚ ਵੀ ਬਹੁਤ ਆਲਾ ਕਬੂਤਰ ਰਿਹਾ ਹੈ ਅਤੇ ਬਾਕੀ ਲਾਸਟ ਮੇਰੀ ਇਹੀ ਰਿਕੁਐਸਟ ਆਪਣੀ ਯੂਨੀਅਨ ਤੋਂ ਕਿ ਯਾਰ 5 ਕਬੂਤਰਾਂ ਹੀ ਛੂਟ ਦੇ ਦਿਓ ਜੇਠ ਦੀ ਬਾਜ਼ੀ 'ਚ ਜੇਠ ਦੀ ਬਾਜ਼ੀ 'ਚ ਠੀਕ ਹੋ ਕਿਉਂਕਿ ਮੌਸਮ ਚੇਂਜ ਹੋ ਗਿਆ ਦੇਖੋ ਇਹ ਬੱਦਲ ਚੜ੍ਹਿਆ ਇੰਝ ਕਰਕੇ ਲੰਘ ਗਿਆ ਇਹ ਬੱਦਲ ਲੰਘ ਆ ਜਿਹੜੇ ਡੁੱਬੇ ਕਬੂਤਰ ਕਿਸਮਤ ਨਹੀਂ ਆਉਣੇ ਕਿਸਮਤ ਨਾ ਆਉਣੇ ਅਤੇ ਸਭ ਵਾਸਤੇ ਇੱਕੋ ਜਿਹਾ ਹੀ ਆ ਅਤੇ ਚਲੋ ਯਾਰ ਲੋਕ ਸਾਨੂੰ ਫਿਰ ਗੱਲਾਂ ਕਰਦੇ ਉਹਦਾ ਫਾਇਦਾ ਕੋਈ ਨਹੀਂ ਮਤਲਬ ਕੋਈ ਸਾਨੂੰ 4-5 ਕਬੂਤਰਾਂ ਦਾ ਐਜ ਮਿਲ ਜਾਏ ਤਾਂ ਚਲੋ ਸ਼ੌਕ ਅੱਛਾ ਹੋ ਜਾਏ ਅੱਛਾ ਹੋ ਜਾਏ ਠੀਕ ਹੋ ਗਿਆ ਸਰ ਬਹੁਤ ਬਹੁਤ ਸ਼ੁਕਰੀਆ ਤਮਾਮ ਦੋਸਤਾਂ ਦਾ ਬਹੁਤ ਸ਼ੁਕਰੀਆ ਦੇਖਣ ਵਾਲਿਆਂ ਦਾ ਦੁਆ ਕਰਨ ਵਾਲਿਆਂ ਦਾ ਅਤੇ ਨੈਕਸਟ ਜੇਠ ਆ ਰਿਹਾ ਸੋਰੀ ਚੇਤਰ ਆ ਰਿਹਾ ਸਾਡੇ ਲਈ ਦੁਆ ਕਰਨਾ ਬਿਮਾਰੀ ਤੋਂ ਬਚੇ ਰਹੀਏ ਵਾਇਰਸ ਤੋਂ ਬਚੇ ਰਹੀਏ ਇਨਸ਼ਾ ਅੱਲਾ ਤਾਲਾ ਇੱਕ ਦੋ ਸੀਜ਼ਨ ਮੈਂ ਕੋਈ ਤਵੱਜੋ ਨਹੀਂ ਦਿੱਤੀ ਲੇਕਿਨ ਇਸ ਦਫ਼ਾ ਮੇਰੀ ਹੈ ਅਤੇ ਚੇਤਰ ਉਹੀ ਪਾਵਰ ਨਾਲ ਵੱਜਾਂਗੇ ਇਨਸ਼ਾ ਅੱਲਾ ਤਾਲਾ ਜਿਹਦੀ ਨਾਲ ਪਹਿਲੇ ਮੈਂ ਆਉਂਦਾ ਰਿਹਾ ਪਹਿਲਾਂ ਵੀ ਰਾਤ ਨੂੰ ਅਤੇ ਆਖਰੀ ਵੀ ਰਾਤ ਨੂੰ ਪਾਇੰਟਨ ਪਾਕ ਦਾ ਅਸਲਾਮ ਵਾਲੇਕੁਮ ਅਸਲਾਮ ਲੋ ਜੀ ਦੋਸਤੋ ਉਮੀਦ ਹੈ ਤੁਹਾਨੂੰ ਮਜ਼ਾ ਆਇਆ ਹੋਏਗਾ ਰਾਣਾ ਸਾਹਿਬ ਦੀਆਂ ਗੱਲਾਂ ਸੁਣ ਕੇ ਆਪਣਾ ਖਿਆਲ ਰੱਖਿਓ ਅੱਲਾ